ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਇੱਕ ਵਿਸ਼ੇਸ਼ ਫੇਰੀ ਦੌਰਾਨ ਪਿੰਡ ਰੋਟਰੀ ਬਸਤਾ ਸਿੰਘ ਵਿਖੇ ਇੱਕ ਸਮਾਗਮ ਦੌਰਾਨ ਪਹੁੰਚੇ। ਇਸ ਮੌਕੇ ਪਿੰਡ ਦੀ ਪੰਚਾਇਤ ਤੇ ਇਲਾਕੇ ਦੇ ਲੋਕਾਂ ਵੱਲੋਂ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ, ਜਿੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਖੇ ਸਿਹਤ ਸੰਬੰਧੀ ਸੁਧਾਰਾਂ ਨੂੰ ਲੈ ਕੇ ਸਰਕਾਰ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ। ਇਸ ਮੌਕੇ ਇਲਾਕੇ ਦੇ ਗੰਨਾ ਉਤਪਾਦਕ ਕਿਸਾਨਾਂ ਨੇ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੁਲਾਕਾਤ ਕੀਤੀ ਤੇ ਹਲਕੇ ਦੀ ਬੰਦ ਪਈ ਰੱਖੜਾ ਸ਼ੂਗਰ ਮਿੱਲ ਨੂੰ ਫੇਰ ਤੋਂ ਚਲਾਉਣ ਦੀ ਮੰਗ ਕੀਤੀ। ਦੱਸਿਆ ਗਿਆ ਕਿ ਇਸ ਮਿੱਲ ਬਹੁਤ ਅੱਛੀ ਚੱਲਦੀ ਸੀ ਔਰ ਇਲਾਕੇ ਦੇ ਕਿਸਾਨਾਂ ਨੂੰ ਬੜਾ ਫਾਇਦਾ ਸੀਗਾ ਔਰ ਇਹਦੇ ਨਾਲ ਇਹ ਸੀਗਾ ਕਿ ਜੌਬ ਬੜੀ ਨੌਜਵਾਨਾਂ ਨੂੰ ਮਿਲੀ ਹੋਈ ਸੀਗੀ। 3000 ਦੇ ਕਰੀਬ ਨੌਜਵਾਨ ਸੁਣਿਆ ਇੱਥੇ ਕੰਮ ਕਰ ਰਿਹਾ ਸੀ ਔਰ ਗੰਨਾ ਉਤਪਾਦਕ ਸੀ ਜਿਹੜਾ ਉਹਨਾਂ ਦਾ ਬੜਾ ਫਾਇਦਾ ਹੁੰਦਾ ਸੀਗਾ। ਸੋ ਇਹਨਾਂ ਨੇ ਮੇਰੇ ਨੋਟਿਸ 'ਚ ਲੈਂਦੀਆਂ ਕਈ ਗੱਲਾਂ ਬਹੁਤ ਮੈਨੂੰ ਪੁਰਾਣੇ ਲੋਕ ਮਿਲੇ ਨੇ, ਬਜ਼ੁਰਗ ਮਿਲੇ ਨੇ, ਸਭ ਨੇ ਦੱਸਿਆ ਕਿ ਜੇ ਸ਼ੂਗਰ ਮਿੱਲ ਚੱਲ ਜਾਵੇ ਤਾਂ ਇਲਾਕੇ ਦਾ ਬੜਾ ਫਾਇਦਾ ਹੋਊਗਾ। ਮੈਂ ਇਹ ਮਾਮਲਾ ਬਹੁਤ ਜਲਦੀ ਜਾ ਕੇ ਚੀਫ ਮਿਨਿਸਟਰ ਸਾਹਿਬ ਨਾਲ ਟੇਕਅਪ ਕਰੂੰਗਾ ਔਰ ਉਹਨਾਂ ਨਾਲ ਡਿਸਕਸ ਕਰੂੰਗਾ ਇਸ ਗੱਲ ਨੂੰ, ਔਰ ਜੇ ਕੋਈ ਸਮਾਧਾਨ ਐਸਾ ਬਣ ਸਕਿਆ ਕਿ ਮਿੱਲ ਅਸੀਂ ਚਲਾ ਸਕਦੇ ਹਾਂ ਤੁਹਾਨੂੰ ਜ਼ਰੂਰ ਚਲਾਵਾਂਗੇ। ਮੰਤਰੀ ਸਾਹਿਬ ਕੋਲ ਜੀ ਅਸੀਂ ਮੰਗ ਰੱਖੀ ਹੈ ਇਲਾਕੇ ਵੱਲੋਂ ਵੀ ਜਿਹੜੀ ਰੱਖੜਾ ਸ਼ੂਗਰ ਮਿੱਲ ਹੈ ਇਹ ਜਦੋਂ ਚੱਲਦੀ ਸੀ ਇਹਦੇ ਨਾਲ ਬਹੁਤ ਇਲਾਕੇ ਨੂੰ ਫਾਇਦਾ ਸੀ। 2-2.5 ਲੱਖ ਬੋਰੀ ਸਾਲਾਨਾ ਇੱਥੇ ਚੀਨੀ ਬਣਦੀ ਸੀ, ਜਿਸ ਉਹਦੇ ਨਾਲ ਸਾਡੇ ਇਲਾਕੇ ਦੇ ਜ਼ਿਮੀਂਦਾਰਾਂ ਦਾ ਗੰਨਾ 5-7-10 ਕਿਲੋਮੀਟਰ ਦੇ ਅੰਦਰ ਸਾਰਾ ਅਸੀਂ ਟਰਾਲੀਆਂ 'ਤੇ ਲੈ ਕੇ ਜਾਂਦੇ ਸੀ। ਹੁਣ ਸਾਨੂੰ ਦੂਰ ਜਾਣ ਕਰਕੇ ਬਹੁਤ ਹਾਦਸੇ ਵਾਪਰਦੇ ਨੇ, ਪੇਮੈਂਟਾਂ ਨਹੀਂ ਸਹੀ ਮਿਲਦੀਆਂ। ਇੱਥੇ ਗੌਰਮੈਂਟ ਦੀ ਮਿਲ ਸੀ, ਸਾਨੂੰ ਪੇਮੈਂਟ ਵੀ ਠੀਕ ਮਿਲਦੀ ਸੀ। ਇਲਾਕੇ ਨੂੰ ਬਹੁਤ ਵੱਡਾ ਫਾਇਦਾ ਸੀ, ਘੱਟੋ ਘੱਟ 3-4 ਹਜ਼ਾਰ ਬੰਦਾ ਇੱਥੇ ਮੁਲਾਜ਼ਮ ਸੀ ਇਲਾਕੇ ਦਾ ਲੱਗਿਆ ਹੋਇਆ, ਅਤੇ ਉਸ ਤੋਂ ਬਾਅਦ ਪਟਿਆਲੇ ਦੇ ਟਰੱਕ ਔਰ ਨਾਭੇ ਦੇ ਟਰੱਕ ਇੱਥੋਂ ਮਾਲ ਚੱਕਦੇ ਸੀ, ਟਰੱਕਾਂ ਵਾਲਿਆਂ ਨੂੰ ਵੀ ਫਾਇਦਾ ਸੀ, ਮਤਲਬ ਕਿ ਹਰ ਇੱਕ ਵਰਗ ਨੂੰ ਇੱਥੇ ਇਸ ਮਿੱਲ ਦਾ ਬਹੁਤ ਹੀ ਵੱਡਾ ਫਾਇਦਾ ਸੀ। ਨਾਭਾ ਤੋਂ ਦੀਪਕ ਬਾਂਗਾ ਦੀ ਰਿਪੋਰਟ, ਚੈਨਲ 2।